ਬਹੁਤ ਭੈੜਾ। ਮਾਮੀ ਜੀ ਇਹ ਕੌਣ ਹੈ? ਕੁੱਤਿਆਂ ਦੀ ਦੌੜੀ ਫਸਟ ਆ ਜਿਹੜਾ। ਕਦੀ ਤੁਹਾਡੀ ਮੇਰੀ ਦੌੜ ਹੋਈ ਹੈ? ਹੋਈ ਹੈ, ਹਮੇਸ਼ਾ ਤੂੰ ਹੀ ਫਸਟ ਆਇਆ। ਸ਼ੇਰਾਂ ਦੀ ਦੌੜ, ਸ਼ੇਰ ਲੱਗਾ ਕੁੱਤਿਆ, ਸੂਰ ਲੱਗਾ ਸੂਰਾ। ਮੈਂ ਅਭੀ ਅਭੀ ਮੇਰੇ ਇਤਨਾ ਗੁੱਸਾ ਆਏਗਾ, ਅਭੀ ਮੇਰੇ ਠਹਿਰ ਕੇ ਮੈਂ ਇਸਕੋ ਬਤਾ ਦੂੰਗਾ। ਬਤਾ ਆਪ ਪੀਛੇ ਨਹੀਂ ਤੇ ਮੈਂ ਬਤਾ ਦੇਤੀ ਹੂੰ। ਨਹੀਂ ਆਓ ਅੰਦਰ ਚਲੀ। ਆਪ ਇਨਕੋ ਮਹਿਮਾਨੋਂ ਅੰਦਰ ਲੈ ਕੇ ਮੈਂ ਖਾਣ ਪੀਣ ਦਾ ਬੰਦੋਬਸਤ ਕੀਤੀ। ਭਾਬੀ ਜੀ ਇਹ ਕੌਣ ਬਾਂਦਰੀਆਂ ਦਾ ਮੁਜਰਾ ਕਰਾਉਣ ਵਾਲਾ? ਕੀ ਤੁਹਾਡੇ ਪਰਨਾਲੇ ਤੇ ਚੜ ਗਈ ਸੀ ਮੇਰੀ ਬਾਂਦਰੀ? ਪਾਪਾ ਜੀ ਹਾਂ ਇਹ ਗੱਲ ਤਾਂ ਦੱਸੋ ਮੈਨੂੰ ਕੀ ਪੁੱਤਰ ਇਸ ਘਰ ਦੀ ਸਾਇਆ ਕਿਉਂ? ਇਹ ਭੂਤਨੀ ਦਾ ਬੱਚਾ ਕਿੱਥੋਂ ਆਇਆ? ਮੈਂ ਤੇਰੀ ਮਾਂ ਨੂੰ ਚਿੰਬੜ ਗਿਆ ਸਾਂ। ਓਏ ਕਿਉਂ? ਓਏ ਐ ਵੀ ਤੇਰਾ ਪੈ ਇਹ ਉਹਨੇ ਕੀ ਮੌਸਮੀ ਅੱਬੇ ਰੱਖੇ ਨੇ, ਇਹ ਵੀ ਤੇਰਾ ਪੈ। ਮੈਂ ਕਹਾਂ ਮੈਂ ਲੈ ਕੇ ਅੰਦਰ ਚਲੀਏ। ਚਲੋ ਭਾਬੀ ਜੀ ਅੰਦਰ। ਸ਼ੁਕਰ ਕਰ ਨੂੰ ਗੁੱਸਾ ਨਹੀਂ ਆਇਆ। ਤੂੰ ਵੀ ਸ਼ੁਕਰ ਕਰ, ਉਹਨੂੰ ਕੋਈ ਨਹੀਂ ਆਇਆ। ਗੁੱਸਾ ਆਇਆਗਾ ਨਾ? ਆਹੋ ਇਹ ਅੰਦਰ ਨਾਲ ਹੀ ਹੈਗੀ ਉਹਦੇ ਤੇ ਬਹਿ ਗਈ। ਮੈਂ ਬੜਾ ਪਤਾ ਦਾ ਮੂੰਹ ਵੇਖੋ ਤੇ ਜੁੱਤੀਆਂ ਮਾਰ। ਬੜਾ ਬਦਤਮੀਜ਼ ਹੋ ਗਿਆ ਤੂੰ। ਕੀ ਹੋਇਆ? ਮੈਂ ਤਾਂ ਮੇਰੇ ਕੁੱਤਿਆਂ ਦੀ ਹੁੰਦੀ ਹੈ ਤੁਸੀਂ ਚਾਚਾ ਜੀ ਹੋ ਤਾਂ ਮੈਨੂੰ ਸਮਝਦੇ ਨੀ ਭਤੀਜਾ। ਓਏ ਭਤੀਜਾ ਭਤੂਜਾ ਨਹੀਂ ਤੂੰ ਮੇਰਾ, ਮੈਂ ਤੈਨੂੰ ਨੌਕਰ ਸਮਝ ਕੇ ਇੱਥੇ ਰੱਖਿਆ। ਜਦੋਂ ਮੇਰਾ ਭਰਾ ਮਰ ਗਿਆ ਮੇਰੇ ਵਾਸਤੇ ਤੂੰ ਵੀ ਮਰ ਗਿਆ। ਲੈ ਕੋਈ ਨਹੀਂ, ਮੈਂ ਖੂਨ ਦਾ ਰਿਸ਼ਤਾ ਵਾਂ। ਕੋਈ ਖੂਨ ਖੂਨ ਨਹੀਂ, ਤੇਰਾ ਪਰਸੋਂ ਖੂਨ ਟੈਸਟ ਕਰਾ ਵਿੱਚੋਂ ਖੂਨ ਨਿਕਲਿਆ ਨਹੀਂ, ਕਾਂਜੀ ਨਿਕਲਿਆ। ਕਾਂਜੀ ਨਿਕਲੀ ਆ ਵਿੱਚੋਂ? ਹਾਂ ਹੱਥ ਮਾਰਨਾ ਸੀ ਵਿੱਚ ਗਾਜਰਾਂ ਵੀ ਸਨ। ਉਹ ਤੈਨੂੰ ਤੇ ਤੇਰੀ ਮਾਂ ਨੇ ਮਜ਼ਾਕ ਮਜ਼ਾਕ 'ਚ ਜੰਮਿਆ ਸੀ, ਤੂੰ ਸੀਰੀਅਸ ਹੀ ਹੋ ਗਿਆ। ਤੁਹਾਨੂੰ ਤੇ ਜੰਮਿਆ ਹੀ ਨਹੀਂ ਸੀ, ਤੁਸੀਂ ਕਿਉਂ ਜੰਮੇ ਹੋ? ਜੰਮੇ ਤੋਂ ਮੈਨੂੰ ਤੇਰੇ ਆਪੇ ਦਾ ਖਾਤਾ ਆਇਆ ਸੀ, ਮੈਂ ਜੰਮ ਪਿਆ। ਪਿੱਛੋਂ ਵੀ ਗੰਜਾ ਹੀ ਝਾਂਜਰਾ ਪਾਉਣ ਰਹੇ ਹੋ ਰਾਤੀ ਮੁਜਰੇ? ਕੀ ਦੋਵੇਂ ਜੀ? ਜੀ ਨੂੰ ਜੀ ਜੀ ਹਾਂ ਚੱਲ 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 ਮੂੰਹ ਦੇ ਆ ਕੇ ਮੁਕਰ ਜਾਂਦੀ ਕਿਉਂ? ਮੂੰਹ ਨੰਗਾ ਲੈ ਕੇ ਆ ਗਿਆ ਮੈਂ। ਤੁਹਾਨੂੰ ਸਾਰਾ ਪਤਾ ਹੁੰਦਾ ਕੀ ਦੱਸੀਏ? ਮੇਰਾ ਪਿਓ ਆ ਲੈਂਦੇ, ਮੈਂ ਤੇਰੇ ਦੰਦ ਚੁੜਵਾ ਦਿਆਂਗੀ। ਓਏ ਤੇਰੀ ਇਹ ਚੁੱਲ੍ਹ ਮੇਰੀ ਧੀ ਦੇ ਨਾਲ ਖਲੋਵੇ? ਯੂਸਫ ਜਵਾਨਾਂ ਦੇ ਸਾਲਿਆ, ਤੇਰੀ ਇਹ ਚੁੱਲ੍ਹ ਨਾ ਮੁਰਾਦਾ। ਓਏ ਭੈਣਾਂ ਦੇ ਘੁੰਗਰੂ ਵੇਚ ਕੇ ਪਤੀਸਾ ਖਾਣ ਵਾਲਿਆ, ਕੁੱਤੇ ਬਿੱਲੀ ਦੀ ਸੁਲਾ ਕਰਾ ਕੇ ਦੁੱਧ ਪੀਣ ਵਾਲਿਆ, ਤੇਰੀ ਇਹ ਜੁਰਅਤ? ਬਾਬਾ ਕੋਲੋਂ ਹੀ ਆਏ, ਕੋਈ ਆਏ ਹੋਏ ਨੀ ਬਾਬਾ ਜੀ ਆਏ ਸੀ ਕੀ ਕਹਿ ਪਹਿਲਾਂ ਮੇਰੀ ਧੀ ਨੂੰ ਕਾਲੇ ਇਲਮਾ ਰੱਬ ਦਾ ਵਾਸਤਾ ਦੱਸ ਦੇ ਕੀ ਕਿਹਾ? ਅੱਜ ਫਿਕਰ ਮੇਰੀ ਧੀ ਨੀ ਰੋਈ ਹੈ, ਦੱਸ ਦੇ ਕੀ ਕਿਹਾ? ਤੇਰੇ ਦੇ ਪਿਓ ਜਾਣ ਕੇ ਰੱਟਾ ਪਾ ਕੇ ਪੈਸੇ ਲੈ ਲੈਂਦੇ ਹੁੰਦੇ, ਕੁਛ ਵੀ ਨਹੀਂ ਕਿਹਾ। ਕੀ ਕਿਹਾ? ਲੁਕਦੇ ਆ ਪਕੌੜਿਆ ਕੀ ਕਿਹਾ? ਕੀ ਕਿਹਾ ਯਾਰ? ਇਹਨਾਂ ਨੂੰ ਪੁੱਛ ਲਿਆ ਭਾਜੀ ਮੈਂ ਕੁਛ ਲੈਣਾ ਕੱਪੜੇ ਦੇ ਇਸਤਰੀ ਨੇ ਨਾ ਕੀ ਮੈਂ ਇਸ਼ਾਰੇ ਨਾਲ ਕੁਛ ਕਿਹਾ? ਇਹ ਕਾਹਦੇ ਵੱਟ ਨੇ?
ਐ ਵਾਟ ਇਜ਼ ਦਿਸ ਨੇ ਸਹੀ ਦੱਸ ਸਹੀ ਦੱਸ ਮਾਮਾ ਸੱਚ ਅੱਬਾ ਜੀ ਅੱਬਾ ਜੀ ਮੈਨੂੰ ਗੱਲ ਦੱਸ ਤੇ ਪੂਰੀ ਅੱਬਾ ਜੀ ਐ ਪੁੱਛ ਕੀ ਕੀ ਮੈਂ ਇੱਥੇ ਬੈਠਾ ਸੀ ਕੀ ਹੋਇਆ ਦੱਸ ਅੱਬਾ ਜੀ ਹਾਂ ਇੱਥੇ ਬੈਠਾ ਸੀ ਹਾਂ ਮੈਂ ਤਲਵਾਈ ਮੈਂ ਤੇ ਕੋਲ ਆਈ ਹਾਏ ਅੱਬਾ ਜੀ ਇਹਦੇ ਚ ਹਾਏ ਵਾਲੀ ਕਿਹੜੀ ਗੱਲ ਹੈ ਮੈਂ ਹਾਏ ਅੱਬਾ ਜੀ ਬੜਾ ਪੱਪਾ ਗੁੱਟਣਾ ਜਾ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਮੈਂ ਸਮਝੀ ਮੈਂ ਕਿਉਂ ਕੁਝ ਕਵਾਂ ਮੈਨੂੰ ਇੰਜ ਲੱਗਦਾ ਸੀ ਜਿਵੇਂ ਸਾਈਂ ਹੈ ਵੇ ਸਾਈਂ ਸੂਈ ਨਹੀਂ ਵਿੱਚੋਂ ਖੋਚ ਲਾਵਾਂ ਟਾਈਮ ਸਿਰ ਸਹੀ ਹੋ ਜਾਂਦਾ ਦੱਸ ਤੇ ਓਏ ਨਾ ਮੁਰਾਦਾ ਜੀ ਜੀ ਮੈਨੂੰ ਸੁਣਾ ਦੇਣਾ ਪੁੱਤਰ ਇੱਕ ਮਿੰਟ ਤੈਨੂੰ ਕੀ ਕੀ ਹੋਏ ਦੱਸ ਤੇ ਰੱਬ ਦਾ ਵਾਸਤਾ ਕੀ ਯਕੀਨ ਨਹੀਂ ਨਾ ਆ ਰਿਹਾ ਚੈੱਕ ਕਰ ਲੈ ਚੈੱਕ ਕਰ ਲੈ ਮੈਨੂੰ ਸੁੰਘ ਲੈ ਮੈਨੂੰ ਟਕਰਾ ਹੀ ਟਕਰਾ ਮਾਰਨੀਆਂ ਨੇ ਸਬਰ ਕਰ ਜਾਏ ਮਾਰਨਾ ਵੀ ਨਹੀਂ ਆਉਂਦਾ ਕਿਸ ਤਰ੍ਹਾਂ ਮਾਰੀ ਮਾਰਨਾ ਸਿੱਖ ਲਈਦਾ ਕਿਸੇ ਉਹ ਕਿਵੇਂ ਪੁੱਤਰ ਇੰਜ ਮਾਰੀਦਾ ਪੁੱਤਰ ਇਹ ਤੇ ਬਚਦੀ ਲੇਕਿਨ ਮੈਂ ਮਾਰੀ ਸੀ ਇੱਕ ਸਜ਼ਾ ਦਿੰਦੇ ਆ ਜਾਏ ਅੰਦਰ ਜਾ ਕੇ ਹੁੱਕਾ ਤਾਜ਼ਾ ਕਰ ਸਬਜ਼ੀ ਤਾਜ਼ਾ ਕਰੀਦੀ ਹੈ ਹੁੱਕਾ ਨਹੀਂ ਤਾਜ਼ਾ ਕਰੇਗਾ ਇਹ ਪੈਸੇ ਫੜ ਬਾਜ਼ਾਰੋਂ ਕੜਵਾ ਤੇਲ ਲੈ ਕੇ ਆ ਜਿਵੇਂ ਤੇਲ ਲੈ ਕੇ ਆਵੇ ਸਿੱਧਾ ਮੇਰੇ ਕਮਰੇ ਚ ਆ ਜਾ ਗੱਲ ਸੁਣੋ ਬੇਬੀ ਮੈਂ ਤੇਲ ਲਿਆ ਕੇ ਇੱਥੇ ਰੱਖ ਦੇਣਾ ਕੋਈ ਚੁੱਕ ਲੈਣਾ ਹੋਰ ਵੀ ਕੰਮ ਮੈਨੂੰ ਕਰਦੇ ਹੈ ਨੇ ਬੜੇ ਜੀ ਕਿੱਥੇ ਚੱਲਣਾ ਏ ਵੇਖ ਕੰਮ ਆ ਤੇਲ ਲੈਣ ਇਹਦੇ ਝਾਸੇ ਵਾਲੀ ਕੋਈ ਗੱਲ ਹੈ ਮਹਿੰਦੀ ਮੰਗਣੀ ਹੋ ਰਹੀ ਯਾ ਸ਼ਾਦੀ ਤੂੰ ਮੇਰੀ ਜੰਜ ਲੁੱਟਣੀ ਹੈ ਕਾਲੇ ਮੂੰਹ ਵਾਲਾ ਜਿਸ ਦੀ ਸਵੇਰੇ ਦੀ ਸ਼ਕਲ ਵੇਖ ਲਓ ਉਹਦੇ ਕੋਈ ਕੰਮ ਹੀ ਨਹੀਂ ਆਉਂਦਾ ਕਿਹੜਾ ਕੰਮ ਫਸਿਆ ਤਾਂ ਮਨੂ ਜਾਂ ਭੈੜੀ ਸ਼ਕਲ ਵਾਲਾ ਕਾਲਾ ਮੂੰਹ ਤੇਰੀ ਸ਼ਕਲ ਹੀ ਪੈਣੀ ਹੈ ਪੂਰੇ ਮੂੰਹ ਵਾਲਾ ਤੂੰ ਸ਼ਕਲ ਨਹੀਂ ਵੇਖੀ ਦੀ ਟੈਕਨੀਕਲੀ ਵੇਖੀ ਦਾ ਤੂੰ ਹੈ ਹੀ ਘਟੀਆ ਆਦਮੀ ਗੰਦੇ ਮੂੰਹ ਵਾਲਾ ਭੈੜਾ ਜਿਹਾ ਹਾਂ ਪਿੱਛੋਂ ਵੀ ਸੋਹਣੀ ਤੇਲ ਲਿਆਣਾ ਜੀ ਓਏ ਜੀ ਕਹਾਂ ਜਾ ਰਹੇ ਹੋ ਤੇਲ ਲੈਣ ਫੇਰ ਹੱਸਦੇ ਹੋ ਯਾਰ ਸਾਰੀ ਗੱਲ ਤੁਹਾਡੇ ਸਾਹਮਣੇ ਬੰਦਾ ਤੇਲ ਵੀ ਨਾ ਮੰਗਵਾਏਗਾ ਕੀ ਸੁਣ ਪੜ ਕੇ ਤੁਵੇਂ ਉਹ ਅੰਦਰਲੇ ਬੂਹੇ ਫਸ ਕੇ ਚੱਲਦੇ ਅੱਛਾ ਚਲੋ ਇਹ ਪੈਸੇ ਪਕੜੋ ਔਰ ਬਾਜ਼ਾਰ ਤੋਂ ਮੇਰੇ ਲਈ 5 ਰੁਪਏ ਲੈ ਕੇ ਆਓ ਤੁਹਾਡੇ ਫਿਰ ਉਹਦਾ ਨੌਕਰ ਨਹੀਂ ਮੈਂ ਰਸਤਾ ਦੇਤਾ ਉਹਨੇ ਕਿਹਾ ਤੂੰ ਲੰਘ ਜਾ ਮੇਰੀ ਖੈਰ ਕਿਹੜੀ ਦੁਕਾਨ ਤੋਂ ਚਲੋ ਠੀਕ ਹੈ ਮੂੰਹ ਇਕੱਠਾ ਕੀਤਾ ਪੌਡੀ ਦਵਾਈ ਪੀ ਕੇ ਆ ਤੂੰ ਕੌਣ ਹੈ ਨਾਸ਼ਕ ਨੂੰ ਦਮ ਕਰਨ ਵਾਲਿਆ ਚੱਲ ਚੱਲ ਕਿਹੜਾ ਹੁੰਦਾ ਮੂੰਹ ਚੁੱਕ ਕੇ ਅੰਦਰ ਆ ਵੜਦਾ ਫਿਰ ਤੇ ਕਰਦਾ 10-20 ਹਜ਼ਾਰ ਕੱਢ ਕੇ ਤੇਰੇ ਮੂੰਹ ਤੇ ਮਾਰਾਂ ਲੇਕਿਨ ਭਾਣ ਹੀ ਨਿਕਲ ਲੈ ਤੈਨੂੰ ਮੇਰੀ ਪਰਸਨੈਲਿਟੀ ਵੇਖ ਕੇ ਡਰ ਜਾ ਰਿਹਾ ਖਾਲੀ ਬੋ ਸ਼ੁਰੂ ਹੋਈ ਇਸ ਤੋਂ ਪਹਿਲਾਂ ਕਿ ਤੂੰ ਮੈਨੂੰ ਪੁੱਛੇ ਕਿ ਮੈਂ ਕੌਣ ਦੱਸ ਤੂੰ ਕੌਣ ਹੈ ਤੈਨੂੰ ਮੈਂ ਦੱਸਣਾ ਕਿ ਮੈਂ ਕੌਣ ਆ ਜਾ ਆਪਣੇ ਮਾਲਕ ਨੂੰ ਜਾ ਕੇ ਕਹਿ ਕਿ ਅਫਰੀਕਾ ਤੋਂ ਬੜ ਸਾਹਿਬ ਆਏ ਨੇ ਤੂੰ ਜ਼ਰੂਰ ਕਿਸੇ ਬੜ ਸਾਹਿਬ ਹੱਥੋਂ ਕਤਲ ਹੋਏਗਾ ਚਲੋ ਬਾਹਰ ਮੈਂ ਕਹਤਾ ਹੂੰ ਚਲੋ ਕਬਲੋ ਚਲੋ ਮੈਂ ਯਹਾਂ ਅਕੇਲਾ ਨਹੀਂ ਮੇਰੀ ਮੰਮੀ ਸਾਥ ਆਈ ਹੈ ਮੰਮੀ ਮੰਮੀ ਓ ਅੱਛਾ
ਇਹ ਮਰੰਡਾ ਵਾਲਿਆਂ ਦੀ ਮਲੰਗਣੀ ਹੈ। ਪਛਾਣ ਲਿਆ, ਉਹ ਇਹ ਤਾਂ ਬਿੱਲ ਪਤੌੜੀ ਹੈ। ਮੰਮੀ ਹੈ ਮੇਰੀ, ਮੇਰੀ ਮੰਮੀ ਹੈ। ਅੱਛਾ ਮੰਮੀ, ਬਤਾਓ ਬਤਾਓ ਇਸਕੋ। ਕਾਲਾ ਵਾਲਾ ਮੈਨ ਮੇਰੇ ਨਾਲ ਮਲਕਾ ਅਲਜ਼ਬਤ ਗੱਲਾਂ ਕਰਨ ਲਈ ਚਲਾ ਬਾਹਰ। ਭਾਈ ਬਸ ਸੁਣੋ, ਹਮ ਯਹਾਂ ਆਪਣੇ ਸੰਗ ਰਿਸ਼ਤੇ ਕਰਨ ਕੇ ਲਈ ਆਇਆ ਹੈ, ਹਮਕੋ ਲੜਕੀ ਦਿਖਾਓ, ਅਗਰ ਹਮਨੇ ਲਾਇਕ ਕੀਆ ਤੋ ਵੀ ਹਮਾਰਾ ਰਿਸ਼ਤਾ ਕਰਿਆ। ਹਾਲੀ ਸਾਡੀ ਕੁੱਤੀ ਨੇ ਬੱਚੇ ਨਹੀਂ ਦਿੱਤੇ। ਮੰਮੀ ਹੈ ਮੇਰੀ, ਮੰਮੀ ਮੰਮੀ ਮੰਮੀ। ਇਹ ਤੇਰੀ ਮੰਮੀ ਨਹੀਂ ਹੈ? ਯੈਸ 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 ਯੈਸ। ਕਿੰਨੇ ਬੱਚੇ ਦਿੰਦੀ ਹੈ? ਦੇਖੇ ਮੰਮੀ, ਡੈਡੀ ਨੇ ਡਰੈਸ ਤੋਂ ਯਹੀ ਦਿਆ ਥਾ। ਚਲੋ ਚਲ ਲੋਗ, ਚਲੋ ਚਲੋ। ਜੰਗਲ ਮਸ਼ਹੂਰ ਤੁਮੇ ਤਮੀਜ਼ ਨਹੀਂ, ਅਮੀਰ ਆਦਮੀ ਸੇ ਕੈਸੇ ਬਾਤ ਕਰਤੇ ਹੈ। ਤੇਰੇ ਵਰਗੇ ਬੰਦੇ ਆਪਣੇ ਘਰ ਦੀ ਕੰਧ ਨੂੰ ਟੱਕਰ ਮਾਰਨ ਦੇ ਹੁੰਦੇ ਨੇ, ਔਰ ਉੱਚੀ ਉੱਚੀ ਕਹਿਣ ਦੇ ਹੁੰਦੇ, ਅੱਜ ਮੈਂ ਕੰਜਰ ਖਾਣਾ ਢਾ ਹੀ ਦੇਣਾ। ਇਹੋ ਜਿਹੇ ਫਿਰ ਮੈਨੂੰ ਤਸੱਲੀ ਦਿੰਦੇ ਨੇ ਕਿ ਆ ਜੇ ਇੰਜ ਢਹਿਣ ਲੱਗਦੇ ਤਾਂ ਸਾਡਾ ਨਾ ਢਹਿ ਜਾਂਦਾ। ਮੈਂ ਆਪਣੇ ਡੈਡੀ ਨੂੰ ਕਹਿੰਦਾ ਹੁਣ ਮੈਂ ਮੇਰੀ ਬੇਇੱਜ਼ਤੀ ਕੀ ਆ, ਮੈਂ ਆਪਣੇ ਡੈਡੀ ਸੱਤੂ ਨੇ ਤੁਹਾਨੂੰ ਵਸ ਰਿਹਾ ਆਪਣੇ ਆਪਣੇ ਸਾਰੇ ਡੈਡੀ ਲੈ। ਚੌਧਰੀ ਦਾ ਵੀ ਦਿਮਾਗ ਖਰਾਬ ਹੋ ਗਿਆ, ਆਸੀ ਬੜੀ ਕੋਟੀ ਬੜਾ ਕੇ ਵਿੱਚ ਕੁੱਤਾ ਕਿੱਡਾ ਮਾੜਾ ਰੱਖਿਆ ਹੋਇਆ। ਤੇਰੇ ਸਾਡੇ ਚ ਥੋੜਾ ਜਿਹਾ ਫਰਕ ਹੈ। ਕਿਹੜੇ ਵਾਲਾ? ਤੂੰ ਬੂਲੀ ਹੈ, ਮੈਂ ਗੁਲਟਰੀਆ। ਤੂੰ ਗੁਲਟਰੀਆ ਨੀ, ਤੂੰ ਮਦਾਰੀ ਦਾ ਕੁੱਤੀ ਹੈ, ਜਿਹਦੀ ਪੂਛਣ ਤੇ ਸੋਟੀ ਮਾਰੋ ਤੇ ਉਹ ਚੱਕਰੀ ਲਾਉਂਦੀ। ਮੇਰਾ 500 ਰੁਪਇਆ ਵਾਪਿਸ ਕਰਵਾਏ। ਗੱਲ ਸੁਣ ਕਿਆ, ਮੈਂ ਲਈ ਹੈ ਲਾਟਰੀ। ਅੱਛਾ, ਉਹ ਨਿਕਲੇਗਾ ਨਾ ਇਨਾਮ? ਅੱਛਾ, 5000 ਤੈਨੂੰ ਵੱਧ ਮਿਲੇਗਾ। 5000 ਤੂੰ ਮੁਝੇ ਦੇ ਕਾ, 500 ਮੈਨੂੰ ਤੇਰੇ ਜ਼ਿੰਮੇ। ਮੇਰਾ 5500 ਵਾਪਿਸ ਕਰੋ ਅੱਜ। ਯਾਰ ਇਨਾਮ ਨਿਕਲੇਗਾ ਤੇ ਮੈਨੂੰ ਕੀ ਪਤਾ ਇਨਾਮ ਨਿਕਲਣਾ ਕਿ ਤੈਨੂੰ ਫੋੜਾ ਨਿਕਲਣਾ ਹੋਏ। ਓਏ ਨਾ, ਮੇਰਾ 5500 ਵਾਪਿਸ ਕਰੋ। ਮੇਰੇ ਗੱਲ ਤੋਂ ਇਨਾਮ ਨਿਕਲੇਗਾ ਤਾਂ ਦਿਆ। ਨਹੀਂ ਨਹੀਂ, ਇਨਾਮ ਇਧਰ ਮੇਰੇ ਇੰਤਜ਼ਾਰ ਨਹੀਂ ਕਰ ਸਕਦਾ। 5500 ਦੋ ਮੇਰਾ। ਕੈਸਾ ਯਾਰ ਬੰਦਾ ਤੂੰ, ਓ ਮੇਰਾ 5500 ਵਾਪਿਸ ਕਰੋ। ਤੂਫਾਨ ਜੀ, ਕਿਆ ਬਾਤ? ਅਮਰ ਚੌਧਰੀ ਸਾਹਿਬ ਨੇ ਤੁਹਾਨੂੰ ਯਾਦ ਕੀਤਾ ਤੇ ਜਿਹੜਾ ਮੈਂ ਤੈਨੂੰ ਯਾਦ ਕੀਤਾ ਉਹਦਾ ਕੀ ਬਣੇਗਾ? ਉਧਰ ਨੂੰ ਕਰੋ ਆਏ ਜ਼ਬਰਦਸਤ, ਉਧਰ ਨੂੰ ਕਰੋ। ਨਹੀਂ ਕਰਦਾ ਮੈਂ ਅੰਦਰ ਸੇ ਰਹਿ ਚਲੇ ਆ ਕੇ ਤੇਰਾ ਮੂੰਹ ਉਧਰ ਕਰ ਦੇਣਾ ਨਾ ਮੋਰਾ। ਖਬਰਦਾਰੀ ਦਾ ਮੂੰਹ ਕੀ ਆ ਬਿਲੀ ਖਾਨ, ਮੈਂ ਇਹ ਤੁਹਾਰੇ ਲਈ ਇਹ ਤੋਪਾ ਲੈ ਕੇ ਆਇਆ, ਖਰੀਦ ਕੇ ਲਾਇਆ, ਬੜੀ ਮੁਸ਼ਕਿਲ ਸੇ ਖਰੀਦ ਕੇ ਨਹੀਂ ਰਕਸ਼ਣ ਨਾਲੋਂ ਲਾਇਆ। ਇਹੋ ਜਿਹੇ ਬਰਾਂਡੇ ਟਰੱਕਾਂ ਨਾਲ ਬੰਨੇ ਹੁੰਦੇ ਨੇ, ਟਰੱਕਾਂ ਨਾਲ ਤੇ ਇਹੋ ਜਿਹੀਆਂ ਬਾਂਦਰੀਆਂ ਵੀ ਬੰਨੀਆਂ ਹੁੰਦੀਆਂ। ਬਕਵਾਸ ਨਹੀਂ ਕਰੋ, ਮੈਂ ਖੁਦ ਖਰੀਦ ਕੇ ਲਾਇਆ ਬਿਲੀ ਖਾਨ। ਸਦਕੇ ਜਾਵਾਂ? ਤੁਸੀਂ ਸਦਕੇ ਜਾਣਾ, ਮੈਂ ਦੱਸ ਕੇ ਜਾਣਾ। ਦੱਸੇ ਚ ਲਾ ਦਿਆਂਗਾ ਤੁਹਾਨੂੰ। ਉਹਨੂੰ ਕਿਸ ਤਰ੍ਹਾਂ ਲਾ ਦੇਗਾ? ਉਹ ਰਸਤੇ ਚ ਲੜਦੀ ਆ ਡਸਕਸ ਏਅਰਪੋਰਟ ਰੋਡ ਤੇ ਵੀ, ਸਦਕੇ ਇੱਧਰ ਮੁਲਤਾਨ ਰੋਡ ਤੇ ਵੀ। ਮੈਂ ਆਪੇ ਲਾ ਲੈਂਦਾ ਹੁਣ। ਹੁਣ ਮੈਂ ਕਿੱਥੇ ਜਾਵਾਂ? ਉਹਨੇ ਤੇ ਡਸਕੇ ਜਾਣਾ, ਉਹਨੇ ਅੰਮਾ ਦੀਆਂ ਅੱਖਾਂ ਬੰਨਣੀਆਂ ਦਿੱਤੀਆਂ ਹੋਈਆਂ। ਇੱਥੇ ਬੈਠੋ, ਤੁਹਾਡੀ ਮੈਂ ਖਿਦਮਤ ਕਰਨੀ ਚਾਹੁੰਦਾ। ਅੱਛਾ, ਮੇਰਾ ਦਿਲ ਕਰਦਾ ਤੁਹਾਨੂੰ ਇੱਕ ਬੰਗਲਾ ਬਣਾ ਕੇ ਦਵਾਂ, ਵਿੱਚ ਛੋਟਾ ਜਿਹਾ ਬਾਗ, ਵਿੱਚ ਪੰਗੂੜੇ ਲੱਗੇ ਨੇ, ਵਿੱਚ ਬੱਚਿਆਂ ਦਾ ਰਸ਼। ਬੱਚੇ ਕਿਦੋਂ ਆ ਗਏ? ਬੰਗਲਾ ਪਾ ਕੇ ਦਿਆਂਗਾ ਤੇ ਰਸ਼ ਨਹੀਂ ਲਾਵਾਂਗਾ। ਸੋਹਣੀ ਕੁੜੀ ਨੂੰ ਭੈਣ ਕੌਣ ਕਹਿੰਦਾ? ਚੱਲ ਜਾ ਕੰਮ ਕਰ, ਐਡਾ ਤੂੰ ਸ਼ੋਹਾ। ਓਏ ਗੁਲਜ਼ਾਰ,
ਦਾ ਮਹਿਮਾਨ ਆ ਗਿਆ ਅੰਦਰ ਦਾ ਪਾਓ ਜਾਓ ਮੂੰਹ ਚ ਪਾਲੋ ਜਾ ਕੇ ਆਟੇ ਵਾਲੇ ਕਨਸਤਰੇ ਚ ਮੂੰਹ ਵਾੜਦੇ ਨਿਕਲ ਗਿਆ نیچے رکھتا ہے خود اوپر بیٹھتا ہے پاگل آدمی تم نے نسوار چھوڑ کے چرس شروع کر دیا یہ چرس نہیں ہے یہ سلاجیت اتارنے والا بادری ہے چلو چائے لے کے آؤ میں نوکر نہیں وہ دفاع ہو جاؤ چائے لے کے آؤ بک بک کرتا ہی ایسے ہی بک بک میں نوکر نہیں میرے چاچے دا بھول گیا ہمارا بیٹی ساتھ ہے ادھر باہر کھڑا ہے میں بلاتا ہوں کوئی اونوں اندر لے کے آئی یار کیا کرتا ہے لاہور ہے ادھر اور نبو کام کر رہا ہوں کر دی جاؤ وہ جی نے دیکھو ایسا چلو جاؤ تم بھی جا کے کام یہ نوکر ہے یہ بڑا نوکر ہے وہ چھوٹا نوکر کیا نام ہے تمہارا چودھری سردار کہتے ہیں بکواس کرتے ہیں کون کہتا تو چودھری سردار ہے سردار ہے سردار ہے بولتے چلو دوڑو ہے وہ سردار ہے ٹیکسی کھڑا ہے اس کو پیسہ پیسہ دے کے پاری کرو چلو جاؤ ٹیکسی کو پیسے وہ ٹیکسی نے کون سے رنگ کا کپڑا پہنا ہوا کون سے رنگ کا ہی ہے کون سے رنگ ٹیکسی اپنا ہے یا کرایہ کا ہے پاگل ٹیکسی بھی کبھی اپنا ہوتا ہے کرایہ کا ہوتا ہے بس اخروٹ کا دوڑ کے ہوئے بڑا سا یہ کیڑے پٹن والی مشین ہے اخروٹ کا چلو دوڑو اخروٹ کا نا وہ دوڑو آفتاب ریوڑی خان ریوڑی خان دبا ہو جاؤ نا مراد چلو کام کرو وہ میرا بٹوا تمہاری جیب میں ہے وہ واپس کرو وہ میری جیب میں سے کہیں خراش گیا اور سناؤ ٹھیک ٹھاک بالکل ٹھیک ہے وہ بیگم صاحبہ وہ سلام بابی ٹھیک ہے وہ بات سنو کیا تم ادھر خامد لگا ہوا ہے اور چلو جاؤ مہمان آیا ہوا ہے جا کے کمرہ ومرہ سیٹ کرو چلو کمرہ میں چلو دوڑو چلو چاولوں پہ ڈال کے کھائے گا اور سناؤ سفر ٹھیک گزرا سفر بڑا عجیب گزرا ہے نقشے میں بیٹھ کے گوہر سے ادھر آیا ہے نقشے میں بیٹھنا تھا جینے ساتھ ہی میں نے سوچا اس کے پردے کا خیال رکھنا چاہیے پردے کا خیال تو رکھنا چاہیے نقشے کے دونوں دروازوں کے ساتھ پردے لگائے ڈرائیور کی اگلی اور پچھلی سیٹ کے درمیان میں پردہ لگایا پیچھے دیکھنے والے شیشوں کو کالا کیا ڈرائیور کی آنکھوں پہ پٹی باندھا پھر اس کو پیچھے بٹھایا ڈرائیور کو اس کے ساتھ بٹھایا خود نقشہ چلایا اور یہاں آئے ڈرائیور پیچھے بیٹھا ہوا تھا اس کے ساتھ نہیں پھر تو پردے کا خیال رکھا اور جڑا وہ زبان کاٹ کر کیا اب ٹھیک ہے اچھا وہ بڑا غیرت مند آدمی ہے بڑا غیرت مند تو بڑا غیرت مند ہے اب تو دوسرا بہن بھی بھاگ گیا ہے اس کا یار وہ تو اس کو بھی گولی مار دے گا یہ بڑا گولی مار دے گا وہ چھوڑتا ہی نہیں ہے جڑا دشمن کا کیا پڑا دشمن سے بدلہ لے لیا ہم نے اچھا
क्या? हमने वादा किया था दुश्मन की खोपड़ी में गोली मारेगा। फिर खोपड़ी में खोपड़ी में गोली मारा, वो भागा, भाग के हमारी अम्मी के पीछे छुप गया, बैठ गया। हमने खोपड़ी में गोली मारा। वो कैसे? मां ने टेंट के पीछे लंगा कर दी खोपड़ी की गोली मारी। चलो, दुश्मन का खोपड़ी भी उठ गया, मां का दूधी भी उठ गया। भाभी का नाम क्या है? भाभी का नाम है खुशबू। खुशबू? फिर तो कभी कभी हम भी सुन सकता है। उसकी भाभी का मैं नाम बता रहा हूँ, तुम क्या परफ्यूम समझती है? बड़ा लिखा। बहुत पढ़ी लिखी लड़की है, सारा दिन मुंह में कुछ पढ़ती रहती है। बड़ा पढ़ी लिखी, आओ कमरे में आराम करती है, साथ बात करते हैं। अगले महीने में किसी वक्त शादी करने गए। आजू आजू खैर, तेरे सारे पठानी को कमरे चुमाड़ चले। गंदा टैक्सी जाया तो बाहर खोती रेड़ी खलोती, कमाल हो गई है। बैग तुमने हमारा बैग देखी? अभी तो नहीं हुआ। मेरा भी नहीं होया, कितने ख्याल मिलते थे। तुमने बैग देखी, यहाँ पड़ी थी? हाँ देखा सी। कहाँ गए? काले रंग का जिरा कुंडा भी। हाँ कुंडा, काला कुंडा। काला कुंडा? हाँ। कहाँ गए? मैं नहीं पता। बताओ बैग किधर गई, कौन ले गया? मुझे क्या पता है। एदा मतलब मेरी तीर ठीक रोन डई सी। ये मेरी चाची दादा तेरी है जो न पाए तेरी ए जो न पाए यार की ए जो न तेरी ए जो न पाए ना मारी मैं तन दसा ए जो न तेरी के तेरी कौन छोटी है टक्कर ना मार मैं तन दस जाओ लाला जी मुझे छेड़ती कौन छेड़ती कुड़िया कॉलेज बनावा।
کے مسوم مسوم منڈے نو اونڈی کرو اسی باہر نہ جانا پے اور اس کالج وچ پونڈ دے ہون گے 16 سال دے کوئی بڑا پونڈ دا حل نہیں کرنا کوئی تجربہ کار پونڈ نہیں اتھے ہوئے گا اور چھوٹے پونڈاں دا فائدہ بڑا کان دے کولوں گوں گوں کر کے لنگ جاندے نے اور بڑے پونڈ اللہ معافی دے جدے کھتے پہلے مگروں نہیں جے لیندے اے چھوٹے چھوٹے پونڈ لڑن تے پھنسی ہوندی ہے او پونڈ لڑا تے اڈا اڈا پھوڑو مرد مرے ہوا نہ مرے اور میرا وعدہ اس قوم دے نال اس ہسپتال دے وچ ایہو جیاں نرساں ہون گیاں خواتین حضرات میں ووٹ دے کے کامیاب کروں میں اپنے علاقے وچ بہترین پارک بناواں گی او دے وچ اتنی روشنی ہوے گی کہ رات ویلے بھی لگے گا جویں دن چڑھ گیا موسس حضرات ووٹ دے کے مینوں کامیاب کرو میں اپنے علاقے دے وچ ایک ایسا پارک بناواں جتھے لائٹنگ ہوے گی نہیں صرف موم بتی ہون گیاں جس نے دل کیتا موم بتی پھڑس تے پچھلے سال دو دن ووٹ دیتا کتے بھی نہیں میں کون کہہ دیا تینوں ووٹ نہ دینا یہ باقی تا مال دور کر دے گی یہ 5 روپے میرے بھی کھا دے بڑی دیر حضرات خیر خواتین کوئی نہیں موزر حضرات ووٹ دے کے میرے کامیاب کرو میں انشاءاللہ میرا تہاڈا وعدہ ہے میں گولڈ کی ڈبی 5 روپے دی کر دیاں تاڑیاں بنا مارو وچوں خالی ہوئے گی میں کہوں تسی جاؤ نا کتے جاؤ چھاپا او سری لنکا دی پولیس آ گئی میرے پنج جا کے نا دسی تے میرے پانی میرا بھرا نے نہ ہوں تے دساں میں پتر تیرا بیا ہوئے گا تو صرف وکیل دے نال ہوئے گا تو کیوں سارے خاندان دے نال میچ کردا ہے میچ کردا میں مر گیا یعنی کل تک وہ کتا بغیر تے جو تیرے منہ تے میں تو کہنا تھا ہن انہوں نے نام نکلایا جو میچ کر دے گل سن اے منشی تو منشی ہوئیں گا اس کا تا منشی ہوئیں گا میری نظر سے تیری ٹرے نہیں سٹ رہی ہے تو ہو جائے تو اور میں بھی تینوں کوئی اپنا سولا نہیں سمجھتا تیری ہر گل برداشت کرا لے میں چلے اندر تے کر چوکری سامنے گل میں چلے پھر انا دیکھو تو ابا جی میری گل سنا کی گل سنا میری ماں ابا جی میں چاندی نال بڑی سخت محبت کرنی ہے تے پھر ابا جی میں اودے بغیر چتا نہیں رہ سکدی ہیں جے تو جی ساڈی پاپا دی چاند دی کوشش کیتی نا تے میں اودے نال دوڑ ہی جاواں گی نہیں پتر میں تینوں ایویں نہیں دوڑن دیاں گا کنویس لے کے دیاں گا ایک بات ہمارا کو سمجھ نہیں آتی سب لوگ اس کالے سے بیلے سے لڑکے کا اتنا خدمت کیوں کرتا ہے یار اس لڑکے کو کینسر ہو گیا کینسر کیا
कैसे मलक जो गली में होता है? वो नहीं यार, क्या बोलते हैं, इधर वो बीमारी है, इसको बहुत बड़ा। अच्छा, वो डॉक्टर ने बताया ये 15-20 दिन के बाद बहुत हो जाएगा। बहुत हो जाएगा, वो इसका ख्वाहिश है बाकी का जिंदगी हम मालिक बन के गुजारे, इसलिए सब लोग उसका खिदमत कर रहे हैं। तो बाबा जानी हम भी रुक जाती, उसकी दिमागदारी करते। चलो दौड़ो, इधर बहुत बंदा लगा हुआ है उसका दिमागदारी। अच्छा अच्छा, जाओ उधर, जब वो ठीक हो जाएगा अगर तो हम चांदी पे उसको साथ लेके आए। और बात सुनो, शादी की बात से मुझे याद आया, बेटा मेरा आ गया है, अफ्रीका से आया है पिशावर, पिशावर से लाहौर हमारे पीछे आया है। अच्छा। उसने मुझे फोन किया है। अच्छा। मैंने कहा इधर ही आ जाओ। अच्छा। और आ जाओ, देखो तो कितना लाल है। ये तुमने कोई ज्यादा लाल नहीं कर दिया? जे इस तरह चिट्टा है तो फिर सारे पिंड से गांधी लुवा दी हो। डैडी लेकिन आपने कहा था बड़े स्ट्रॉन्ग लोग हैं, ये क्या है? अल्लाह का शुक्र है, अपना डाल है, दो रक्षा चल पैर से कोई बात नहीं। ये कोठी है, फैक्ट्री है, बंगले है। देख लो मैं यहाँ आपकी खबर इनको सुना। चलो आराम करो, आराम करो, आराम करो, अभी हम बात कर लेंगे। क्या बात है सरकार? आए अपना इस्तकबाल की तैयारियां मुकम्मल हो, सारा तैयारी मुकम्मल हो गई है। आज मेरे बेटे अकील का इस्तकबाल। अच्छा, अकील उल मिसाल इस्तकबाल। फिक्र नहीं करो जी, बड़ा अच्छा है। क्या नाम बुलाओ नु लफ्जा नाल इस्तकबाल? ओए कैसी पकाने मंगवाए? कैसी मंगवाली? सुननिया आप भी कुछ मंगा ले। अनार, अनार भी मंगवाए, चिचड़ भी मंगवाए। बिस्मिल्लाह। बेगम मेरे बेटे को लेकर हाजिर हो। मैं तो कहना एक बार चुक के किसी ऊंची थां रख दियो, बिल्ली ना लै जाए।
पानी ला के आओ है मैं लेके आता हूं टिशू ना गिलास फड़ नहीं अच्छा चाची जी जी साड़ी नु कितना दही लगा सी दही मैं सबके दही दही ओए काका ओए सुसन देख